फगवाड़ा दे विच मौजूद हाँ, जिथे नछत्र गिल उन्हां दे धर्म पत्नी दलविंदर कौर दा जिहड़ा कि अंतिम अरदास कीती जा रही है, तां म्यूजिक इंडस्ट्री तो कई सारे कलाकार पहुंचे ने, लैंबर हुसैनपुरी इत्थे पहुंचे ने। लैंबर जी, परिवार दे लई बेहद दुख दी घड़ी है, परिवार दे नाल दुख सांझा करन दे लई पहुंचे हो, की कहना चाहोगे? कोई कहना तो की हुंदा जदों जी चले जांदा, की कहना हुंदा, हमदर्दी है जी, भरम भरा आ साडा नछत्र गिल। सो इहो जिहा बेवक्ता जिहड़ा चले जाणा उह भुलदा नहीं कदी। बाकी बच्चों के दिन सौ सके तो वह देख जाते खिले तो सके, पर परमात्मा उन्होंने लंबी उम्र कर दिता, तो सारा कुछ ठीक हो जाना सी। तो इस समय भाजी कोई गल गल भी नहीं आती बंदे, क्योंकि साडा भरा आया, उन्होंने बहुत धक्का लगा, क्योंकि माँ तो बगैर बच्चों कौन प्यार दे सकता है ना, क्यों बंदे ने तो बाहर रहना प्रोग्राम करने हैं। सो बहुत चंगे सी, मैं एक दो बारी मिलिया, बहुत ज़्यादा चंगे सके, परमात्मा ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਬਸ ਦੁੱਖ ਦੀ ਘੜੀ ਦੇ ਵਿੱਚ ਇੱਕ ਦਿਨ ਪਹਿਲਾਂ ਕੁੜੀ ਬੇਟੀ ਦਾ ਵਿਆਹ ਕਰਕੇ ਹਟੇ ਨੇ, ਇੱਕ ਦਿਨ ਬਾਅਦ ਬੇਟੇ ਦਾ ਵਿਆਹ ਸੀ, ਜਿੱਥੇ ਖੁਸ਼ੀਆਂ ਦੇ ਵਿੱਚ ਮਿਲਣਾ ਸੀ, ਤਾਂ ਅੱਜ ਇੱਕ ਗਮ ਦੇ ਮੌਕੇ 'ਚ ਮਿਲ ਰਹੇ। ਬਿਲਕੁਲ, ਮੈਂ ਵੀ 11-12 ਤਰੀਕ ਨੂੰ ਆਇਆ, ਅਤੇ ਜਦੋਂ ਪਤਾ ਲੱਗਾ ਤਾਂ ਖੁਸ਼ੀ ਦੇਖੋ ਗਮ 'ਚ ਬਦਲ ਗਈ ਆ, ਅਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ, ਕਿੱਥੇ ਇੰਨੀ ਰੌਣਕ ਲੱਗਣੀ ਸੀਗੀ, ਕਿੱਥੇ ਇਹੋ ਜਿਹਾ ਭਾਣਾ ਵਰਤ ਗਿਆ, ਅਤੇ ਬਹੁਤ ਦੁਖਦਾਈ ਆ ਜੀ, ਬਸ ਇੰਨਾ ਹੀ ਕਹਿ ਸਕਦਾ ਤੁਹਾਨੂੰ। ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਕਲਾਕਾਰ ਨਛੱਤਰ ਗਿੱਲ ਦੇ ਧਰਮ ਪਤਨੀ ਜਿਹੜੇ ਕਿ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਕੁਛ ਸਮਾਂ ਪਹਿਲਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤਾਂ ਅੱਜ ਜਿਹੜੀ ਕਿ ਉਹਨਾਂ ਦੀ ਅੰਤਿਮ ਅਰਦਾਸ ਹੈ ਫਗਵਾੜਾ ਦੇ ਗੁਰਦੁਆਰਾ ਸੁਖਚੈਨਾ ਦੇ ਵਿੱਚ ਕੀਤੀ ਜਾ ਰਹੀ ਹੈ, ਤਾਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜਿੱਥੇ ਰਿਸ਼ਤੇਦਾਰ ਪਹੁੰਚ ਰਹੇ ਨੇ, ਤਾਂ ਉੱਥੇ ਹੀ ਮਿਊਜ਼ਿਕ ਇੰਡਸਟਰੀ ਤੋਂ ਵੀ ਲੋਕ ਨੇ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ, ਤਾਂ ਬੂਟਾ ਮੁਹੰਮਦ ਜੀ ਵੀ ਇੱਥੇ ਪਹੁੰਚੇ ਹੋਏ ਨੇ, ਗੱਲਬਾਤ ਕਰ ਲੈਂਦੇ ਹਾਂ। ਬੂਟਾ ਮੁਹੰਮਦ ਜੀ, ਬੇਹੱਦ ਦੁੱਖ ਦੀ ਘੜੀ ਹੈ ਪਰਿਵਾਰ ਦੇ ਲਈ, ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋ ਪਰਿਵਾਰ ਦੇ ਨਾਲ। ਸਮੁੰਦਰਾਂ ਤੋਂ ਪਾਰ ਵੀ ਅੱਜ ਵੀ ਮਸਲਾ ਇਸ ਗੱਲ ਦਾ ਕਿ ਅਸੀਂ ਅਕਸਰ ਗਾਉਂਦੇ ਹਾਂ ਅਤੇ ਗਾ ਕੇ ਅਸੀਂ ਬਹੁਤ ਲੋਕਾਂ ਨੂੰ ਕਈ ਗੱਲਾਂ ਦੱਸਦੇ ਵੀ ਹਾਂ ਕਿ ਮੈਂ ਕਹਿਣਾ ਹੁੰਦਾ ਕਿ ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਹੈ, ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਹੈ, ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭਲਕੀ ਕਿਹਦੀ ਵਾਰੀ ਹੈ। ਸਾਹਾਂ ਦਾ ਕੋਈ ਯਕੀਨ ਨਹੀਂ ਹੈ ਕਦੋਂ ਸਾਹ ਸਾਡੇ, ਕਿੰਨੇ ਸਾਹ ਲਿਖੇ ਆ ਪਰਮਾਤਮਾ ਨੇ, ਪਰ ਜਿਹੜੀ ਦਲਵਿੰਦਰ ਕੌਰ ਸਾਡੀ ਇਹ ਭੈਣ ਸਾਡੀ ਦੁਨੀਆ ਤੋਂ ਗਈ ਹੈ, ਔਰ ਇੰਨੀ ਇੰਨਾ ਅੱਛਾ ਨੇਕ ਸੁਭਾਅ ਔਰ ਨੇਕ ਰੂਹ ਬਹੁਤ ਘੱਟ ਰੇਅਰ ਪੈਦਾ ਹੁੰਦੀਆਂ ਲੜਕੀਆਂ, ਔਰ ਜਿਹਨਾਂ ਨੇ ਆਪਣੇ ਘਰ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਸੰਭਾਲਿਆ। ਔਰ ਮੈਂ ਇਹ ਕਹਿੰਦਾ ਕਿ ਜੇ ਨਛੱਤਰ ਗਿੱਲ ਦਾ ਇਸ ਮੁਕਾਮ ਤੱਕ ਨਾਮ ਗਿਆ ਤਾਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਦਲਵਿੰਦਰ ਦਾ, ਜਾਣੀ ਅਸੀਂ ਨਿਕਨੇਮ ਬਿੰਦਰ ਸਾਦੇ ਸੀ, ਅਤੇ ਬਹੁਤ ਚੰਗੀ ਕੁੜੀ ਜਿਹੜੀ ਆ ਉਹ ਅਜੇ ਉਹਦੀ ਉਮਰ ਨਹੀਂ ਸੀ ਜਾਣਦੀ, ਪਰ ਦੁੱਖ ਇਸ ਚੀਜ਼ ਦਾ ਕਿ ਉਹ ਇਸ ਛੋਟੀ ਉਮਰ ਦੇ ਵਿੱਚ ਸਾਨੂੰ ਸਦੀ ਵੀ ਵਿਛੋੜਾ ਦੇਤਾ, ਅਤੇ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾਂ 'ਚ ਨਿਵਾਸ ਦੇਵੇ ਅਤੇ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬੂਟੇ, ਤੁਸੀਂ ਕਾਫੀ ਜ਼ਿਆਦਾ ਪਰਿਵਾਰ ਦੇ ਨਜ਼ਦੀਕ ਰਹੇ ਹੋ, ਇੱਕ ਸਮਾਂ ਸੀ ਜਦੋਂ ਇੱਕ ਦਿਨ ਪਹਿਲਾਂ ਬੇਟੀ ਦੇ ਵਿਆਹ ਹੋ ਕੇ ਹਟਦਾ, ਤਾਂ ਇੱਕ ਦਿਨ ਬਾਅਦ ਬੇਟੇ ਦਾ ਵਿਆਹ ਸੀ, ਜਿੱਥੇ ਖੁਸ਼ੀਆਂ ਦੇ ਮਾਹੌਲ ਹੋਣੇ ਸੀ, ਸ਼ਗਨ ਹੋਣੇ ਸੀ, ਉਹੀ ਅੱਜ ਮਾਤਮ ਦੇ ਵਿੱਚ ਮਾਹੌਲ ਹੈ, ਤਬਦੀਲ ਹੋਇਆ ਪਿਆ। ਹਾਂਜੀ, ਅਸੀਂ ਵਿਆਹ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਵੀ ਮੈਂ ਅਤੇ ਮੇਰਾ ਭਰਾ ਨਛੱਤਰ ਗਿੱਲ ਅਸੀਂ ਬੈਠੇ ਸੀ, ਅਤੇ ਇਹੀ ਗੱਲਾਂ ਕਰਦੇ ਸੀਗੇ ਵੀ ਦੇਖੋ ਕਿੱਥੇ ਲਿਆ ਕੇ ਪਰਮਾਤਮਾ ਨੇ ਖੜ੍ਹਾ ਕਰ ਦਿੱਤਾ, ਕਿ ਸਾਹਮਣੇ ਉਹਨੇ ਦੌੜ ਕੇ ਭੱਜ ਕੇ ਹਰ ਚੀਜ਼ ਲੈ ਆਉਣੀ ਸੀ, ਅਤੇ ਮੈਨੂੰ ਤਾਂ ਕੋਈ ਪਤਾ ਨਹੀਂ, ਜਿੱਦਾਂ ਇਨਸਾਨ ਤਾਂ ਪੈਸਾ ਲਿਆ ਸਕਦਾ, ਉਹ ਘਰ ਦਾ ਸਾਰਾ ਸਿਲਸਿਲਾ ਉਹ ਇੱਕ ਲੇਡੀਜ਼ ਹੀ ਕਰਦੀ ਹੁੰਦੀ ਹੈ ਨਾ, ਘਰ ਦਾ ਮੁੱਢ ਜਿਹੜਾ ਹੁੰਦਾ, ਪਰ ਇੱਥੇ ਆ ਕੇ ਹਾਰ ਗਿਆ, ਨਛੱਤਰ ਵੀ ਹਾਰ ਗਿਆ, ਸਾਰਾ ਗਿੱਲ ਪਰਿਵਾਰ ਹਾਰ ਗਿਆ, ਪੂਰੀ ਦੁਨੀਆ ਹਾਰ ਜਾਂਦੀ ਹੈ, ਪਰਿਵਾਰ ਵੀ ਇਸ ਵੇਲੇ ਟੁੱਟਿਆ ਪਿਆ। ਬਿਲਕੁਲ ਜੀ, ਬਿਲਕੁਲ, ਇੱਕ ਖੁਸ਼ੀ ਮਨਾਉਣ ਜਾਂ ਗਮੀ ਮਨਾਉਣ, ਇਸ ਵੇਲੇ ਉਹ ਕੁਛ ਨਹੀਂ ਸਮਝ ਨਹੀਂ ਲੱਗਦੀ, ਸਮਝ ਸਕਦੇ ਹਾਂ ਅਸੀਂ ਕਿ ਕਿੱਦਾਂ ਦੀ ਸਥਿਤੀ ਇਨਸਾਨ ਦੀ ਕੀ ਹੋ ਸਕਦੀ ਹੈ, ਅਤੇ ਇਸ ਕਰਕੇ ਬਸ ਇਹੀ ਹੈ ਕਿ ਪਰਮਾਤਮਾ ਬਸ ਉਹਨੂੰ ਆਪਣੀ ਰਜ਼ਾ 'ਚ ਰਹਿਣ ਦਾ ਬਲ ਬਖਸ਼ੇ। ਬਿਲਕੁਲ, ਬੇਹੱਦ ਦੁੱਖ ਦੀ ਘੜੀ ਹੈ ਪਰਿਵਾਰ ਦੇ ਲਈ, ਤਾਂ ਜਿਹੜਾ ਕਿ ਮਾਹੌਲ ਖੁਸ਼ੀਆਂ 'ਚ ਹੋਣਾ ਸੀਗਾ, ਉਹ ਮਾਹੌਲ ਹੁਣ ਗਮ ਦੇ ਵਿੱਚ ਤਬਦੀਲ ਆ ਹੋਇਆ ਪਿਆ, ਤਾਂ ਜਿਵੇਂ ਬੂਟਾ ਮੁਹੰਮਦ ਜੀ ਨੇ ਦੱਸਿਆ ਕਿ ਬੇਹੱਦ ਨੇਕ ਦਿਲ ਇਨਸਾਨ ਸਨ, ਤਾਂ ਪੂਰੇ ਘਰ ਨੂੰ ਸਮੇਟ ਕੇ ਰੱਖਿਆ ਹੋਇਆ ਸਾ, ਤਾਂ ਪਰ ਹੁਣ ਜਿਹੜਾ ਘਰ ਹੈ ਉਹ ਵੀ ਉਹਦੇ ਲਈ ਵੀ ਬੇਹੱਦ ਦੁੱਖ ਦੀ ਘੜੀ ਹੈ, ਪਰਿਵਾਰ ਦੇ ਲਈ ਤਾਂ ਦੁੱਖ ਦੀ ਘੜੀ ਹੈ, ਔਰ ਜਿਹੜੇ ਨਾਲ ਦੇ ਰਿਸ਼ਤੇਦਾਰ ਅਤੇ ਉਹਨਾਂ ਦੇ ਜਿਹੜੇ ਨੇੜਲੇ ਲੋਕ ਨੇ ਉਹਨਾਂ ਦੇ ਲਈ ਵੀ ਕਾਫੀ ਇਹ ਜ਼ਿਆਦਾ ਦੁੱਖ ਦੀ ਘੜੀ ਹੈ, ਜਿਹੜੀ ਕਿ ਸਾਰਿਆਂ ਦੀਆਂ ਅੱਖਾਂ ਗਮਗੀਨ ਨਜ਼ਰ ਆ ਰਹੀਆਂ ਨੇ, ਹਰ ਇੱਕ ਦੀ ਅੱਖਾਂ ਉਹ ਨਮ ਨਜ਼ਰ ਆ ਰਹੀ ਹੈ, ਤਾਂ ਕਿਉਂਕਿ ਘਰ ਦੇ ਵਿੱਚ ਦੋ ਦੋ ਵਿਆਹ ਹੋਣ, ਤਾਂ ਇੱਕ ਪਾਸੇ ਮਾਤਮ ਦਾ ਮਾਹੌਲ ਬਣ ਜਾਵੇ, ਤਾਂ ਦੁੱਖਾਂ ਦਾ ਜਿਹੜਾ ਕਿ ਪਹਾੜ ਆ ਉਹ ਪਰਿਵਾਰ 'ਤੇ ਟੁੱਟ ਪੈਂਦਾ ਹੈ। ਕੈਮਰਾ ਪਰਸਨ ਬੋਧੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਫਗਵਾੜਾ।